ਸਤਿ ਸ੍ਰੀ ਅਕਾਲ ਵੀਰੋ, ਇਸ ਟਾਈਮ ਜੰਗ ਚੱਲ ਚੁੱਕੀ ਹੈ ਜੀ। ਜੰਗ ਕਿਹੜੀ ਹੈ? ਕਰੋਨਾ ਵਾਇਰਸ ਦੀ ਨਹੀਂ, ਟਿਕਟੋਕ ਅਤੇ ਆਪਣੇ ਯੂਟਿਊਬ ਦੀ ਜੰਗ ਚੱਲ ਚੁੱਕੀ ਹੈ ਜੀ। ਕਹਿੰਦੇ ਨੇ ਕਿਹੜਾ ਬਿਹਤਰ ਹੈ ਅਤੇ ਕਿਹੜਾ ਸਭ ਤੋਂ ਅੱਗੇ ਆ, ਯੂਟਿਊਬ ਜਾਂ ਟਿਕਟੋਕ? ਜੇ ਤੁਸੀਂ ਸਾਨੂੰ ਟਿਕਟੋਕ 'ਤੇ ਫੋਲੋ ਕਰਨਾ ਚਾਹੁੰਦੇ ਹੋ ਤਾਂ ਮਨੀਸ਼ ਕੁਮਾਰ ਢਲ ਕਰਕੇ ਸਰਚ ਮਾਰ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ। ਅਤੇ ਯੂਟਿਊਬ ਦੇ ਉੱਤੇ ਤਾਂ ਤੁਸੀਂ ਸਾਨੂੰ ਮੈਜਿਕ ਪਹਿਲੀਆਂ ਦੇ ਨਾਂ ਤੋਂ ਜਾਣਦੇ ਹੀ ਹੋ। ਅਤੇ ਤੁਹਾਨੂੰ ਦੱਸਦੇ ਹਾਂ ਪੂਰੀ ਅਪਡੇਟ। ਇਸ ਟਾਈਮ ਟਿਕਟੋਕ ਦੀ ਰੇਟਿੰਗ ਘੱਟ ਗਈ ਹੈ, 4.9 ਦੀ ਰੇਟਿੰਗ ਵਾਲਾ ਟਿਕਟੋਕ ਇਸ ਟਾਈਮ 1.3 ਦੀ ਰੇਟਿੰਗ 'ਤੇ ਆ ਗਿਆ। ਜਿਹੜੇ ਸਟਾਰ ਮਿਲਦੇ ਨੇ, ਯਾਨੀ ਕਿ ਤੁਸੀਂ ਜਦੋਂ ਪਲੇ ਸਟੋਰ ਤੋਂ ਕੋਈ ਵੀ ਐਪ ਡਾਊਨਲੋਡ ਕਰਦੇ ਹੋ, 5 ਸਟਾਰ ਯਾਨੀ ਕਿ 5 ਸਟਾਰ ਦੀ ਰੇਟਿੰਗ ਦੇ ਨਾਲ ਉਹਨੂੰ ਮਾਪਿਆ ਜਾਂਦਾ, ਅਤੇ ਤੁਸੀਂ ਉਹਦੇ 'ਚੋਂ ਸਟਾਰ ਦਿੰਦੇ ਹੋ, ਨਾਲੇ ਤੁਸੀਂ ਕਮੈਂਟ ਕਰ ਸਕਦੇ ਹੋ ਅਤੇ ਤੁਸੀਂ ਦੱਸਦੇ ਹੋ ਵੀ ਤੁਹਾਨੂੰ ਇਹ ਐਪ ਕਿਉਂ ਚੰਗੀ ਲੱਗਦੀ ਹੈ, ਕੀ ਚੱਕਰ ਹੈ, ਕੀ ਗੱਲਬਾਤ ਹੈ, ਕੀ ਸਾਰੀ ਗੱਲਬਾਤ ਦੱਸਦੇ ਹੋ। ਅਤੇ ਇਸ ਟਾਈਮ ਟਿਕਟੋਕ ਦੀ ਰੇਟਿੰਗ ਬਹੁਤ ਥੱਲੇ ਆ ਚੁੱਕੀ ਹੈ, ਯੂਟਿਊਬ ਬਹੁਤ ਉੱਚੇ ਜਾ ਚੁੱਕਾ, ਅਤੇ ਤੁਸੀਂ ਦੇਖ ਸਕਦੇ ਹੋ 1.3 ਦੀ ਰੇਟਿੰਗ ਜਾ ਚੁੱਕੀ ਹੈ। ਤੁਸੀਂ ਜਦੋਂ ਟਿਕਟੋਕ ਨੂੰ ਵੈਸੇ ਵੀ ਪਲੇ ਸਟੋਰ 'ਤੇ ਸਰਚ ਕਰੋਗੇ ਤਾਂ ਪਹਿਲੇ ਦੂਜੇ ਨੰਬਰ 'ਤੇ ਨਹੀਂ ਆਏਗਾ, ਇਹਦੀ ਰੇਟਿੰਗ ਘੱਟ ਚੁੱਕੀ ਹੈ। ਪਹਿਲਾਂ ਵੀ ਮੱਧ ਪ੍ਰਦੇਸ਼ ਸਰਕਾਰ ਵੱਲੋਂ ਟਿਕਟੋਕ 'ਤੇ ਬੈਨ ਲਗਾਇਆ ਗਿਆ ਸੀ, ਅਤੇ ਹੁਣ ਵੀ ਟਿਕਟੋਕ ਦੀ ਪਰਫੋਰਮੈਂਸ ਬਹੁਤ ਘੱਟਦੀ ਜਾ ਰਹੀ ਹੈ। ਇਹਦੀ ਵਜ੍ਹਾ ਇਹ ਹੈ ਕਿ ਟਿਕਟੋਕ ਦੇ ਉੱਤੇ ਕਈ ਤਰ੍ਹਾਂ ਦੇ, ਅਸੀਂ ਕਹਿ ਸਕਦੇ ਹਾਂ, ਸੈਕਸ਼ੂਅਲ ਜਾਂ ਅਸ਼ਲੀਲ ਚੀਜ਼ਾਂ ਵੀ ਪਰੋਸੀਆਂ ਜਾ ਰਹੀਆਂ ਨੇ, ਅਤੇ ਟਿਕਟੋਕ ਦੇ ਵਿੱਚ ਕਈ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਹੁੰਦਾ, ਜਿਹਦੀ ਕੋਈ ਗੱਲਬਾਤ ਨਹੀਂ ਹੁੰਦੀ, ਐਵੇਂ ਤੈਵੇਂ ਲੋਕ ਵੀਡੀਓ ਬਣਾਈ ਜਾਂਦੇ ਨੇ। ਪਰ ਯੂਟਿਊਬ ਦੇ ਉੱਤੇ ਬੰਦਾ ਜੇ ਸੰਸੀਅਰ ਵੀਡੀਓ ਨਹੀਂ ਬਣਾਉਂਦਾ ਤਾਂ ਯੂਟਿਊਬ ਉਹਨੂੰ ਅੱਗੇ ਨਹੀਂ ਜਾਣ ਦਿੰਦਾ, ਯਾਨੀ ਕਿ ਉਹਦੇ ਸਬਸਕ੍ਰਾਈਬਰ ਨਹੀਂ ਵੱਧਦੇ, ਉਹਦੇ ਲਾਈਕ ਨਹੀਂ ਵੱਧਦੇ, ਉਹਦੇ ਕਮੈਂਟ ਨਹੀਂ ਵੱਧਦੇ, ਅਤੇ ਉਹਨੂੰ ਕੋਈ ਸ਼ੇਅਰ ਨਹੀਂ ਕਰਦਾ, ਯਾਨੀ ਕਿ ਟਿਕਟੋਕ ਇਸ ਟਾਈਮ ਥੱਲੇ ਜਾ ਰਿਹਾ ਜੀ। ਸਾਡੀ ਇਸ ਬਾਰੇ ਕੀ ਰਾਏ ਹੈ? ਜੇ ਤੁਸੀਂ ਟਿਕਟੋਕ ਨੂੰ ਪਸੰਦ ਕਰਦੇ ਹੋ ਤਾਂ ਟਿਕਟੋਕ ਲਿਖ ਸਕਦੇ ਹੋ, ਅਤੇ ਜੇ ਤੁਸੀਂ ਯੂਟਿਊਬ ਨੂੰ ਪਸੰਦ ਕਰਦੇ ਹੋ ਤਾਂ ਯੂਟਿਊਬ ਵੀ ਲਿਖ ਸਕਦੇ ਹੋ। ਅਤੇ ਵੈਸੇ ਤੁਹਾਨੂੰ ਪਤਾ ਸੋਸ਼ਲ ਮੀਡੀਆ 'ਤੇ ਤਾਂ ਹੋਰ ਬੜੀਆਂ ਸਾਈਟਾਂ ਨੇ, ਪਰ ਇਸ ਟਾਈਮ ਜੰਗ ਚੱਲ ਚੁੱਕੀ ਹੈ ਜੀ ਟਿਕਟੋਕ ਅਤੇ ਯੂਟਿਊਬ ਦੀ। ਜੇ ਸਾਡੀ ਵੀਡੀਓ ਮਾੜੀ ਮਾੜੀ ਚੰਗੀ ਲੱਗਦੀ ਹੈ ਤਾਂ ਲਾਈਕ ਅਤੇ ਸ਼ੇਅਰ ਕਰੋ, ਅਤੇ ਸਬਸਕ੍ਰਾਈਬ ਕਰਕੇ ਚੈਨਲ ਘੰਟੀ ਦੇ ਬਟਨ ਨੂੰ ਜ਼ਰੂਰ ਦਬਾਓ ਤਾਂ ਕਿ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ। ਮਿਲਾਂਗੇ ਨਵੀਂ ਵੀਡੀਓ, ਤਦ ਤੱਕ ਲਈ ਘਰ ਅਤੇ ਸਤਿ ਸ਼੍ਰੀ ਅਕਾਲ ਵੀਰੋ।